हर साल किसानों द्वारा फसलों के अवशेष जलने के कई मामले सामने आते रहते हैं, जिसको लेकर प्रशासन की ओर से किसानों को जागरूक भी किया जाता है कि वे फसलों के अवशेषों को ना जलाएं और वातावरण को प्रदूषित होने से बचाएं। लेकिन इस बार पठानकोट प्रशासन किसानों द्वारा फसलों के अवशेषों को जलाने पर सख्त कार्रवाई करने के मूड में है, जिसको लेकर डिप्टी कमिश्नर पठानकोट की ओर से धान की पराली को किसान आग ना लगाएं इसके लिए हुक्म जारी किए गए हैं। डिप्टी कमिश्नर ने कहा कि अगर कोई भी पराली को आग लगाएगा तो उस पर कार्रवाई की जाएगी, FIR भी दर्ज की जाएगी, रेवेन्यू रिकॉर्ड में रेड एंट्री भी की जा सकती है। इसके साथ ही किसान भीगा हुआ धान मंडियों में ना लेकर आए, इसके लिए भी सख्त कदम उठाते हुए डिप्टी कमिश्नर पठानकोट द्वारा हुक्म जारी करते हुए शाम के 7 बजे से सुबह 10 बजे तक कंबाइनों को चलाने पर पाबंदी लगा दी गई है। अगर कोई भी प्रशासन द्वारा जारी किए गए हुक्म की पालना नहीं करता तो प्रशासन की ओर से सख्त रुख अख्तियार किया जाएगा। ਅਸੀਂ ਸਾਰੇ ਜਾਣਦੇ ਹਾਂ ਕਿ ਸਟਬਲ ਬਰਨਿੰਗ ਜਿਹੜੀ ਹੈਗੀ ਆ ਉਹ ਸਾਰਿਆਂ ਲਈ ਇੱਕ ਮਾੜੀ ਚੀਜ਼ ਹੈਗੀ ਆ, ਜ਼ਿਮੀਦਾਰਾਂ ਲਈ ਵੀ ਅਤੇ ਆਮ ਲੋਕਾਂ ਲਈ ਵੀ, ਪੰਜਾਬ ਦੇ ਲੋਕਾਂ ਲਈ ਵੀ ਅਤੇ ਆਲੇ ਦੁਆਲੇ ਜਿਹੜੇ ਸਾਡੇ ਬਾਕੀ ਸਟੇਟਸ ਹੈਗੀਆਂ ਉਹਨਾਂ ਲਈ ਵੀ। ਉਹ ਇਸੀ ਸਿਲਸਿਲੇ ਵਿੱਚ ਪੰਜਾਬ ਸਰਕਾਰ ਨੇ ਬਹੁਤ ਪੁਖਤਾ ਔਰ ਬੜੇ ਸਖ਼ਤ ਕਦਮ ਚੁੱਕੇ ਹੈਗੇ ਆ ਔਰ ਇਹ ਇਸ ਨੂੰ ਬਹੁਤ ਸੰਜੀਦਗੀ ਨਾਲ ਸਾਰੇ ਲੋਕ ਦੇਖ ਰਹੇ ਹੈਗੇ ਆ। ਹਿਸਟੋਰੀਕਲੀ ਜਿਹੜਾ ਉਹ ਪਠਾਨਕੋਟ ਜ਼ਿਲ੍ਹਾ ਹੈਗਾ ਉਹ ਇਸ ਜਿਹੜੀ ਬਿਮਾਰੀ ਹੈਗੀ ਆ ਉਸ ਤੋਂ ਆਲਮੋਸਟ ਮੁਕਤ ਰਿਹਾ ਹੈਗਾ। ਮੈਂ ਉਸਦੀ ਜਿਹੜੇ ਵੀ ਪਠਾਨਕੋਟ ਦੇ ਜਿੰਨੇ ਵੀ ਜ਼ਿਮੀਦਾਰ ਹੈਗੇ ਆ ਸਭ ਨੂੰ ਵਧਾਈ ਦਿੰਦਾ ਹਾਂ। ਬਾਕੀ ਸਟੇਟਸ ਦੀ ਬਜਾਏ ਜਿਹੜੀ ਇਫ ਵੀ ਡੂ ਐਨੀ ਕੰਪੈਰੀਜ਼ਨ ਤਾਂ ਸਾਡੇ ਆਲਮੋਸਟ ਬਿਲਕੁਲ ਜ਼ੀਰੋ ਸਟਬਲ ਬਰਨਿੰਗ ਹੈਗੀ ਹੈ ਔਰ ਬਟ ਫਿਰ ਵੀ ਜਿਹੜੀ ਸਾਡੀ ਕੋਸ਼ਿਸ਼ ਹੈ ਕਿ ਇੱਕ ਵੀ ਸਾਡੇ ਕੋਈ ਫਾਇਰ ਇੰਸੀਡੈਂਟਸ ਨਾ ਹੋਵੇ। ਔਰ ਇਸ ਵਾਰ ਜਿਹੜੀਆਂ NGT ਨੇ ਸਾਨੂੰ ਡਾਇਰੈਕਸ਼ਨ ਦਿੱਤੀਆਂ ਹੈਗੀਆਂ ਉਹਦਾ ਟਾਰਗੇਟ ਵੀ ਇਹੀ ਹੈ ਕਿ ਪਠਾਨਕੋਟ ਜ਼ਿਲ੍ਹੇ 'ਚ ਇੱਕ ਵੀ ਜਿਹੜੀ ਫਾਇਰ ਨਹੀਂ ਹੋਣੀ ਚਾਹੀਦੀ ਹੈਗੀ। ਉਸ ਸਿਲਸਿਲੇ 'ਚ ਅਸੀਂ ਬਹੁਤ ਸਾਰੇ ਐਕਟੀਵਿਟੀਜ਼ ਕਰ ਰਹੇ ਹੈਗੇ ਹਾਂ, ਮੇਲਿਆਂ ਜਾ ਰਹੇ ਹੈਗੇ ਹਾਂ, ਲੋਕਾਂ ਨੂੰ ਸੈਂਸਟਾਈਜ਼ ਕਰ ਰਹੇ ਹੈਗੇ ਹਾਂ ਔਰ ਉਸਦੇ ਨਾਲ ਨਾਲ ਇਹ ਲੋਕਾਂ ਨੂੰ ਦੱਸਣ ਦੇ ਨਾਲ ਨਾਲ ਅਸੀਂ ਥੋੜ੍ਹੇ ਜਿਹੇ ਸਖ਼ਤ ਕਦਮ ਵੀ ਪੁੱਟੇ ਹਨ ਕਿ ਜੇ ਕੋਈ ਬੰਦਾ ਇੱਦਾਂ ਦੀ ਜਾਣ ਬੁੱਝ ਕੇ ਵਾਇਓਲੇਸ਼ਨ ਕਰਦਾ ਤਾਂ ਫਿਰ ਕੀ ਕਾਰਵਾਈ ਹੋਏਗੀ। ਤਾਂ ਉਸੀ ਸਿਲਸਿਲੇ 'ਚ ਮੈਂ ਅੰਡਰ ਸੈਕਸ਼ਨ 144 ਮੈਂ ਔਰਡਰ ਇਸ਼ੂ ਕੀਤੇ ਹੈਗੇ ਹਾਂ ਕਿ ਇੱਕ ਤਾਂ ਬੰਦਾ ਕੋਈ ਵੀ ਆਪਣੇ ਖੇਤ ਅੱਗ ਨਹੀਂ ਲਗਾਏਗਾ, ਜੇ ਲਗਾਏਗਾ ਤਾਂ ਉਸ 'ਤੇ ਫਿਰ ਬਣਦੀ ਹੋਈ ਕਾਰਵਾਈ ਪਰਚਾ ਕੀਤਾ ਜਾਏਗਾ ਔਰ ਨਾਲ ਦੇ ਨਾਲ ਜੋ ਉਹਦੇ ਜਿਹੜੇ ਰੈਵਨਿਊ ਰਿਕਾਰਡ ਹੈ ਉਹਦੇ ਵਿੱਚ ਵੀ ਰੈਡ ਐਂਟਰੀ ਕੀਤੀ ਜਾ ਸਕਦੀ ਹੈ, ਜਿਹੜੀ ਕਿ ਅੱਗੇ ਤੋਂ ਬਹੁਤ ਨੁਕਸਾਨਦੇਹ ਹੋ ਸਕਦੀ ਹੈ। ਔਰ ਇਸ ਦੇ ਨਾਲ ਹੀ ਕਿ ਜਿਹੜੀ ਝੋਨੇ ਦੀ ਜਿਹੜੀ ਕੁਆਲਿਟੀ ਹੈਗੀ ਆ ਉਹ ਠੀਕ ਆਵੇ, ਉਸ ਤੋਂ ਬਾਅਦ ਈਵਨ ਕਿਸਾਨਾਂ ਨੂੰ ਕੋਈ ਨੁਕਸਾਨ ਨਾ ਹੋਵੇ, ਉਹਦੇ ਲਈ ਮੈਂ ਅੰਡਰ ਸੈਕਸ਼ਨ 144 ਫਿਰ ਔਰਡਰ ਕੀਤੇ ਹੈਗੇ ਆ ਕਿ ਜਿਹੜੀਆਂ ਅਸੀਂ ਕੰਬਾਈਨ ਨਾਲ ਜਾ ਕੇ ਹਾਰਵੈਸਟਿੰਗ ਕਰਦੇ ਹਾਂ ਝੋਨੇ ਦੀ, ਉਹਦਾ ਜਿਹੜਾ ਟਾਈਮਿੰਗ ਹੈਗਾ ਉਹ ਅਸੀਂ ਰੈਗੂਲੇਟ ਕੀਤਾ ਹੈ ਤਾਂ ਕਿ ਜਿਹੜੀ ਰਾਤ ਨੂੰ ਤਰੇਲ ਪੈਂਦੀ ਹੈ ਉਹਦੇ ਨਾਲ ਜਿਹੜੀ ਤੁਹਾਡੀ ਝੋਨੇ 'ਚ ਵੈਟਨੈਸ ਹੈ ਉਹ ਨਾ ਆਉਂਦੀ ਹੋਵੇ। ਤਾਂ ਇਸ ਕਰਕੇ ਸ਼ਾਮ ਨੂੰ 7 ਵਜੇ ਤੋਂ ਲੈ ਕੇ ਸਵੇਰੇ 10 ਵਜੇ ਤੱਕ ਅਸੀਂ ਜਿਹੜੀ ਕੰਬਾਈਨਾਂ ਦੀ ਹਲਚਲ ਹੈਗੀ ਆ ਉਹਦੇ ਨਾਲ ਜਿਹੜੀ ਕਟਾਈ ਕਰਦੇ ਉਹ 'ਤੇ ਬੈਨ ਲਗਾਇਆ ਹੋਇਆ ਹੈ। ਇਸ ਨਾਲ ਫਾਰਮਰਸ ਨੂੰ ਹੀ ਫਾਇਦਾ ਹੋਏਗਾ ਕਿ ਜੇ ਸੁੱਕਾ ਝੋਨਾ ਮਾਰਕੀਟ 'ਚ ਲੈ ਕੇ ਜਾਓਗੇ ਤਾਂ ਉਸੀ ਵੇਲੇ ਉਹਦੀ ਖਰੀਦ ਹੋ ਜਾਏਗੀ, ਜੇ ਮੋਇਸਚਰ ਜ਼ਿਆਦਾ ਹੈਗੀ ਆ ਫਿਰ ਸੁਕਾਉਣਾ ਪਏਗਾ, ਹਵਾ ਲਗਾਉਣੀ ਪਏਗੀ, ਉਹਨਾਂ ਦਾ ਫਾਰਮਰਸ ਦਾ ਹੀ ਨੁਕਸਾਨ ਹੁੰਦਾ ਹੈ। ਮੈਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਇਸ ਵੇਲੇ ਤੱਕ ਜਿੰਨਾ ਝੋਨਾ ਆ ਰਿਹਾ ਹੈਗਾ ਸਾਡੇ ਤਕਰੀਬਨ 63 ਟਨ ਆਇਆ ਹੈ ਉਹ ਅਸੀਂ ਸਾਰਾ ਖਰੀਦ ਲਿਆ ਹੈਗਾ ਔਰ ਸਾਡੀ ਜਿਹੜੀ ਜੋ ਟਾਰਗੇਟਿਡ ਲਿਫਟਿੰਗ ਹੁੰਦੀ ਕਿ 48 ਆਵਰਸ ਕਰਨੀ ਹੈ, ਅਸੀਂ 140-150% ਤੋਂ ਉੱਪਰ ਚੱਲ ਰਹੇ ਹਾਂ। ਸੋ ਅਸੀਂ ਟਾਰਗੇਟ ਉਹਨਾਂ ਨੂੰ ਜ਼ਿਆਦਾ ਅੱਛਾ ਕਰ ਰਹੇ ਹਾਂ। ਉਹਦੇ ਵਿੱਚ ਵੀ ਕਿਸਾਨ ਜਿਹੜੇ ਹੈਗੇ ਆ ਮੈਂ ਉਹਨਾਂ ਨੂੰ ਵਧਾਈ ਦਿੰਦਾ ਕਿ ਝੋਨੇ ਦੀ ਕੁਆਲਿਟੀ ਠੀਕ ਆ ਰਹੀ ਹੈ, ਪਰ ਜਸਟ ਇਨ ਕੇਸ ਇਹ ਲੋਕਾਂ ਨੂੰ ਅਗਾਹ ਕਰਨ ਲਈ ਇਟ ਇਜ਼ ਵੈਰੀ ਇੰਪੋਰਟੈਂਟ। ਤੋ ਇਹ ਅਸੀਂ ਔਰਡਰ ਇਸ਼ੂ ਕੀਤੇ ਹੈਗੇ ਔਰ ਮੈਂ ਸਭ ਕਿਸਾਨ ਵੀਰਾਂ ਨੂੰ ਇਹ ਹੱਥ ਜੋੜ ਕੇ ਬੇਨਤੀ ਕਰਦਾ ਕਿ ਬੇਸਿਕਲੀ ਜਿਹੜੀ ਹੈ ਤੁਹਾਡੀ ਇੱਦਾਂ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਓ ਔਰ ਨਾਲ ਹੀ ਜਿਹੜੀ ਤੁਹਾਡੀ ਜਿਹੜੀ ਕਟਾਈ ਹੈਗੀ ਆ ਉਹ ਟਾਈਮ ਸਿਰ ਹੀ ਕੀਤੀ ਜਾਵੇ, ਸ਼ਾਮੀ 7 ਵਜੇ ਤੋਂ ਲੈ ਕੇ ਸਵੇਰੇ 10 ਵਜੇ ਤੱਕ ਜਿਹੜੀ ਮਸ਼ੀਨਾਂ ਨਾ ਚਲਾਈਆਂ ਜਾਣ, ਉਸ ਤੋਂ ਬਾਅਦ ਹੀ ਕਟਾਈ ਕੀਤੀ ਜਾਵੇ। ਥੈਂਕ ਯੂ। ਕਿਹਾ ਜਾਤਾ ਹੈ ਹਿੰਦੁਸਤਾਨ ਮੇਂ ਕਿਸੀ ਵੀ ਬਿਮਾਰੀ ਕਾ ਇਲਾਜ ਕਰਵਾਉਣਾ ਬਹੁਤ ਮੁਸ਼ਕਿਲ, ਬਹੁਤ ਮਹਿੰਗਾ। ਗਲਤ। ਆਪ ਸਾਰੇ ਜਨਸਾ ਫਾਊਂਡੇਸ਼ਨ ਕੇ ਮੈਂਬਰ ਬਣੋ, ਬਾਈਟ ਮੈਡੀਕਲ ਕਾਲਜ ਐਂਡ ਹਸਪੀਟਲ ਆਨੇ ਵਾਲੇ 5 ਸਾਲ ਤੱਕ ਆਪਕਾ ਪੂਰਾ ਲਾਭ ਫ੍ਰੀ ਕਰੇਗਾ। ਧੰਨਵਾਦ।